ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਵੀਰਾਂ ਭਰਾਵਾਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਐਗਰੀਕਲਚਰ ਦਾ ਕੰਮ ਪੁਰਤਗਾਲ ਦੇ ਵਿੱਚ, ਯਾਨੀ ਕਿ ਜ਼ਿਮੀਂਦਾਰ ਦਾ ਕੰਮ ਪੁਰਤਗਾਲ ਦੇ ਵਿੱਚ, ਕਿੰਨੀ ਸੈਲਰੀ ਹੈ, ਕੰਟਰੈਕਟ ਦਾ ਕੀ ਹਿਸਾਬ ਹੈ, ਟੈਕਸ ਕਿੰਨੇ ਦਿਨਾਂ ਦਾ ਜਾਣਾ ਚਾਹੀਦਾ ਹੈ, ਯਾਨੀ ਕਿ ਜ਼ਿਮੀਂਦਾਰ ਦੀ ਟੋਟਲ ਇਨਫੋਰਮੇਸ਼ਨ ਜਿੰਨੀ ਕੁ ਮੇਰੇ ਕੋਲ ਹੈ ਵੇ, ਉਹ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਸ਼ੇਅਰ ਕਰਨ ਦੀ। ਅਗਰ ਤਾਂ ਤੁਸੀਂ ਕਿਸੇ ਗੋਰੇ ਕੋਲ ਕੰਮ ਲੱਗੇ ਹੋ, ਯਾਨੀ ਕਿ ਪੁਰਤਗੇਸ਼ੀਏ ਕੋਲ ਡਾਇਰੈਕਟ ਕੰਪਨੀ 'ਚ ਲੱਗੇ ਹੋ, ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਉਹਨੇ ਤੁਹਾਨੂੰ ਕੰਟਰੈਕਟ ਵੀ ਓਰੀਜਿਨਲ ਦੇਣਾ, ਉਹਦੇ ਬਾਅਦ ਤੁਹਾਡੇ ਮੰਥਲੀ ਟੈਕਸ ਵੀ ਉਹਨੇ ਪੇ ਕਰਨੇ ਨੇ, ਹਫ਼ਤੇ ਦੀ ਛੁੱਟੀ ਵੀ ਦੇਗਾ, ਉਹਦੇ ਬਾਅਦ ਉਹ ਛੁੱਟੀਆਂ ਜਿਹੜੀਆਂ ਸਾਲ ਬਾਅਦ ਹੁੰਦੀਆਂ ਨੇ, 6 ਮਹੀਨੇ ਬਾਅਦ ਹੁੰਦੀਆਂ ਨੇ, ਉਹ ਵੀ ਤੁਹਾਨੂੰ ਦੇਗਾ। ਲੇਕਿਨ ਅਗਰ ਤੁਸੀਂ ਕਿਸੇ ਏਸ਼ੀਅਨ ਕੋਲ ਫਸ ਗਏ ਹੋ, ਤੇ ਡੈਫੀਨੇਟਲੀ ਸਾਰੇ ਵੀਰ ਭਰਾ ਤਾਂ ਨੇ ਇੱਕੋ ਜਿਹੇ, ਲੇਕਿਨ ਪਾਕਿਸਤਾਨੀ, ਇੰਡੀਅਨ, ਨੇਪਾਲੀ, ਬੰਗਾਲੀ ਬਹੁਤ ਜ਼ਿਆਦਾ ਐਸੇ ਨੇ ਜਿਨ੍ਹਾਂ ਨੇ ਤੁਹਾਨੂੰ ਕਹਿਣਾ ਕਿ ਅਗਲੇ ਹਫ਼ਤੇ ਤੋਂ ਕੰਮ ਸਟਾਰਟ ਹੋ ਰਿਹਾ, ਬੋਰੀ ਬਿਸਤਰਾ ਬੰਨ ਅਤੇ ਰਿਹਾਇਸ਼ ਸਾਡੀ 'ਚ ਆ ਜਾ। ਰਿਹਾਇਸ਼ਾਂ ਦਾ ਕੀ ਹਿਸਾਬ ਹੋਏਗਾ? ਬੈੱਡ ਦੇ ਉੱਤੇ ਬੈੱਡ, ਬੈੱਡ ਦੇ ਉੱਤੇ ਬੈੱਡ, ਯਾਨੀ ਕਿ 2 ਬੈੱਡ ਜਾਂ 3 ਬੈੱਡ ਉਹਨਾਂ ਦੇ ਲੱਗੇ ਹੋਣਗੇ, ਇੱਕ ਕਮਰੇ 'ਚ ਉਹਨਾਂ 4, 5, 8 ਜਿੰਨੇ ਵੀ ਕੋਸ਼ਿਸ਼ ਹੁੰਦੀ ਉਹਨਾਂ ਨੇ ਵਾੜੇ ਹੁੰਦੇ ਨੇ, ਠੀਕ ਹੈ। ਅਤੇ ਅਗਰ ਤਾਂ ਤੁਸੀਂ ਉਹਨਾਂ ਕੋਲ ਚਲੇ ਜਾਂਦੇ ਹੋ, ਮੇ ਬੀ ਕਿ ਤੁਹਾਨੂੰ ਅਗਰ ਜਾਂਦਿਆਂ ਸਾਲ ਉਹਨਾਂ ਪਹਿਲੇ ਕਹਿਣਾ ਕਿ ਰੂਮ ਦਾ ਰੈਂਟ ਦੇ, ਤੁਸੀਂ ਰੈਂਟ ਦੇ ਦੇਣਾ, ਉਹਨਾਂ ਕਹਿਣਾ ਕਿ ਅਗਲੇ ਹਫ਼ਤੇ ਤੋਂ ਕੰਮ ਸਟਾਰਟ ਹੋ ਰਿਹਾ, ਅਗਲੇ ਹਫ਼ਤੇ ਤੋਂ, ਅਗਲੇ ਹਫ਼ਤੇ ਤੋਂ, ਉਹਨਾਂ ਆਪਣੀ ਦਿਹਾੜੋ ਦਰੂ ਸਿੱਧੀ ਕਰ ਲੈਣੀ ਹੈ, ਤੁਹਾਨੂੰ ਉਹਨਾਂ ਤੰਗ ਕਰਨਾ ਹੈ। ਅਗਰ ਜੇ ਤੁਹਾਨੂੰ ਕੰਟਰੈਕਟ ਦੇ ਛੱਡਦੇ ਨੇ, ਉਹ ਵੀ ਗਰੰਟੀ ਕੋਈ ਨਹੀਂ ਕਿ ਓਰੀਜਿਨਲ ਹੈ, ਦਿੰਦੇ ਨੇ, ਨਹੀਂ ਦਿੰਦੇ। ਸਮ ਟਾਈਮ ਐਸਾ ਹੁੰਦਾ ਕਿ ਉਹ 2 ਮਹੀਨੇ ਕੰਮ ਕਰਾ ਕੇ ਜਾਂ ਮਹੀਨਾ ਕੰਮ ਕਰਾ ਕੇ ਕਹਿ ਦਿੰਦੇ ਨੇ ਕਿ ਯਾਰ ਕੰਟਰੈਕਟ ਨਹੀਂ ਹੈ, ਵੀ ਇਹ ਵੇ ਉਹ ਪੰਗਾ ਪੈ ਗਿਆ, ਮੈਂ ਨਹੀਂ ਦੇਣਾ, ਜਾਂ ਕੁਝ ਵੀ ਕਹਿ ਕੇ ਤੁਹਾਨੂੰ ਫਰਕ ਕਰ ਦਿੰਦੇ ਨੇ। ਜਾਂ ਅਗਰ ਤੁਹਾਡਾ ਕੰਟਰੈਕਟ ਲਾ ਵੀ ਦਿੰਦੇ ਨੇ, ਕਈ ਬੰਦੇ ਟੈਕਸ ਨਹੀਂ ਪੇ ਕਰਦੇ। ਦੂਸਰੀ ਚੀਜ਼, ਅਗਰ ਉਹ ਟੈਕਸ ਪੇ ਵੀ ਕਰਦੇ ਨੇ, ਕਦੀ ਉਹ 4 ਦਿਨਾਂ ਦਾ ਪੇ ਕਰ ਛੱਡਦੇ ਨੇ, ਕਦੀ 5 ਦਿਨਾਂ ਦਾ, ਕਦੀ 8 ਦਾ, ਇਸ ਤਰ੍ਹਾਂ ਬਸ ਉਹਨਾਂ ਸਰਕਟ 'ਚ ਲਾਏ ਹੈ। ਜਾਂ ਫਿਰ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਅਗਰ ਤੂੰ ਪਲਿਓ ਦੇਣਾ ਚਾਹੁੰਦਾ ਟੈਕਸ, 12 ਯੂਰੋ ਦੇ ਦੇ, 11 ਯੂਰੋ ਦੇ ਦੇ ਪਰ ਡੇ, 8 ਯੂਰੋ ਦੇ ਦੇ, ਯਾਨੀ ਕਿ ਜਿਹਦੀ ਛੁਰੀ ਜਿੱਥੇ ਚੱਲੇ ਉਹਨੇ ਚਲਾ ਲੈਣੀ ਹੈ। ਕੁਝ ਐਸੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਅਗਰ ਤੂੰ ਕੰਮ 'ਤੇ ਜਾ ਰਿਹਾ ਅਤੇ ਉੱਥੇ ਦਿਹਾੜ ਲਾ ਰਿਹਾ, ਫਿਰ ਅੱਧਾ ਟੈਕਸ ਤੂੰ ਪੇ ਕਰ, ਅੱਧਾ ਮੈਂ ਪੇ ਕਰਦਾ। ਕਈਆਂ ਨੇ ਇਸ ਤਰ੍ਹਾਂ ਵੀ ਸਰਕਟ ਚਲਾਇਆ ਹੈ। ਸੋ ਇਹ ਪੁਰਤਗਾਲ ਦੇ ਵਿੱਚ ਏਜੰਟੀ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਚੱਲਦੀ ਹੈ। ਅਗਰ ਤੁਹਾਨੂੰ ਕੋਈ ਬੰਦਾ ਅੱਛਾ ਮਿਲ ਜੇ, ਬਹੁਤ ਅੱਛੀ ਗੱਲ ਹੈ, ਉਹ ਤੁਹਾਡੇ ਪੇਪਰ ਜਿੰਨੀ ਛੇਤੀ ਹੋ ਸਕਦਾ ਕੰਪਲੀਟ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਇਹ ਵੀ ਗੌਰਮੈਂਟ 'ਤੇ ਡਿਪੈਂਡ ਕਰਦਾ, ਉਹਦੇ ਹੱਕ ਆ, ਉਹਦੇ ਹੱਥ 'ਚ ਜਸਟ ਇਹ ਵੇ ਕਿ ਤੁਹਾਡਾ ਲੀਗਲ ਤਰੀਕੇ ਨਾਲ ਕੰਟਰੈਕਟ ਲਾਏ, ਟੈਕਸ ਦੇ, ਸਾਰਾ ਲੀਗਲ ਤਰੀਕੇ ਨਾਲ ਕੰਮ ਕਰੇ। ਹਾਂ, ਉਸ ਤੋਂ ਬਾਅਦ ਦੇਖੋ ਟੈਕਸ ਕਿੰਨਾ ਜਾਣਾ ਚਾਹੀਦਾ ਹੈ, ਯਾਨੀ ਕਿ ਦੇਖੋ ਅਗਰ ਜ਼ਿਮੀਂਦਾਰ ਦੇ ਕੰਮ ਵਿੱਚ ਤੁਸੀਂ ਲੱਗੇ ਹੋ, ਉਹਦੇ 'ਚ ਡੈਫੀਨੇਟਲੀ ਕਦੀ ਤੁਹਾਡੀ 5 ਦਿਹਾੜੀਆਂ ਲੱਗ ਜਾਣਗੀਆਂ, ਕਦੀ 7, ਕਦੀ 10, ਕਦੀ 12, ਕਦੀ ਪੂਰਾ ਮਹੀਨਾ ਲੱਗ ਜਾਏਗਾ। ਜ਼ਿਮੀਂਦਾਰ ਦੇ ਕੰਮ ਵਿੱਚ ਪੂਰਾ ਮਹੀਨਾ ਘੱਟ ਹੀ ਲੱਗਦਾ, ਕਿਉਂਕਿ ਸਮ ਟਾਈਮ ਫਲ 'ਤੇ ਡਿਪੈਂਡ ਕਰਦਾ, ਸਮ ਟਾਈਮ ਮੌਸਮ 'ਤੇ ਡਿਪੈਂਡ ਕਰਦਾ ਹੈ ਕਿ ਮੌਸਮ ਅਗਰ ਅੱਛਾ ਨਹੀਂ ਤਾਂ ਉਹ ਫਰੂਟ ਉਨਾ ਜ਼ਿਆਦਾ ਨਹੀਂ ਹੋਏਗਾ, ਤੁਹਾਡੇ ਟਾਈਮ ਘੱਟ ਲੱਗੇਗਾ, ਦਿਹਾੜੀਆਂ ਘੱਟ ਲੱਗਣੀਆਂ ਪੂਰੇ ਮਹੀਨੇ 'ਚ। ਅੱਛਾ, ਅਗਰ ਤੁਸੀਂ 3 ਦਿਨਾਂ ਦਾ ਟੈਕਸ ਆ ਰਿਹਾ, 5 ਦਿਨਾਂ ਦਾ, 8 ਦਿਨਾਂ ਦਾ, 12 ਦਿਨਾਂ ਦਾ, ਪੂਰੇ ਮਹੀਨੇ ਦਾ, ਗੌਰਮੈਂਟ ਨੂੰ ਇਹਦੇ ਨਾਲ ਕੋਈ ਵੱਡਾ ਇਸ਼ੂ ਨਹੀਂ, ਕੋਈ ਵੱਡੀ ਪ੍ਰੋਬਲਮ ਨਹੀਂ ਹੈ ਵੀ ਕਿ ਤੁਹਾਡਾ 5 ਦਿਨਾਂ ਦਾ ਜਾਂ 8 ਦਿਨਾਂ ਦਾ ਕਿਉਂ ਆ ਰਿਹਾ, ਜਾਂ 3 ਦਿਨਾਂ ਦਾ ਕਿਉਂ ਆਇਆ ਸੀ ਲਾਸਟ ਮੰਥ। ਉੱਥੇ ਉਹ ਨੁਕਸਾਨ ਕਿੱਥੇ ਜਾ ਕੇ ਹੋਏਗਾ? ਦੇਖੋ, ਅਗਰ ਤਾਂ ਤੁਹਾਡਾ ਪੂਰੇ ਪੂਰੇ ਮਹੀਨੇ ਦਾ ਜਾਂਦਾ, ਇਹਦਾ ਫਾਇਦਾ ਤੁਹਾਨੂੰ ਹੀ ਹੋਏਗਾ। ਅਗਰ ਤੁਹਾਡਾ ਘੱਟ ਟੈਕਸ ਜਾਂਦਾ, ਉਹਦੀ ਪ੍ਰੋਬਲਮ ਕਿੱਥੇ ਹੋਏਗੀ? ਅਗਰ ਜੈਸੇ ਤੁਹਾਨੂੰ ਕਾਰਡ ਮਿਲ ਜਾਂਦਾ, ਤੁਸੀਂ ਫੈਮਿਲੀ ਅਪਲਾਈ ਕਰਨਾ ਚਾਹੁੰਦੇ ਹੋ, ਵਾਈਫ ਬੱਚੇ ਅਪਲਾਈ ਕਰਨਾ ਚਾਹੁੰਦੇ ਹੋ, ਉਸ ਟਾਈਮ ਜਾ ਕੇ ਇਹ ਪ੍ਰੋਬਲਮ ਬਣੇਗੀ ਕਿ ਹਾਂ ਤੇਰੇ ਟੈਕਸ 5-5 ਦਿਨ ਦੇ ਜਾ ਰਹੇ ਨੇ, 8 ਦਿਨ ਦਾ, 15 ਦਿਨ ਦਾ, 17 ਦਿਨਾਂ ਦਾ, 3 ਦਿਨਾਂ ਦਾ, 2 ਦਿਨਾਂ ਦਾ, ਤੂੰ ਫੈਮਿਲੀ ਅਪਲਾਈ ਕਰ ਰਿਹਾ, ਤੇਰਾ ਖੁਦ ਦਾ ਖਰਚਾ ਨਹੀਂ ਚੱਲਦਾ, ਤੂੰ ਫੈਮਿਲੀ ਮਤਲਬ ਇੱਥੇ ਬੁਲਾ ਕੇ ਕਿਸ ਤਰ੍ਹਾਂ ਬੁਲਾ ਸਕਣਾ, ਤੰਗ ਹੋਏਗਾ, ਉੱਥੇ ਜਾ ਕੇ ਪ੍ਰੋਬਲਮ ਹੋ ਸਕਦੀ ਹੈ। ਅਗਰ ਤੁਸੀਂ ਕਹਿੰਦੇ ਹੋ ਕਿ ਫਿੰਗਰਾਂ ਦੇ ਟਾਈਮ ਇਸ ਚੀਜ਼ ਦੀ ਪ੍ਰੋਬਲਮ ਹੋਵੇ, ਉਹ ਨਹੀਂ ਹੋ ਲੱਗੇ। ਹਾਂ, ਜਿਸ ਟਾਈਮ ਤੁਸੀਂ ਫੈਮਿਲੀ ਅਪਲਾਈ ਕਰੋਗੇ, ਫੈਮਿਲੀ ਲਈ ਡੈਫੀਨੇਟਲੀ ਤੁਹਾਨੂੰ ਜਿਹੜਾ ਨਾ ਉਹ ਟੈਕਸ ਜ਼ਿਆਦਾ ਪੇ ਕਰਨਾ ਚਾਹੀਦਾ ਪੂਰੇ ਪੂਰੇ ਮੰਥ ਦਾ, ਤਾਂ ਕਿ ਜੈਸੇ ਤੁਹਾਨੂੰ ਕਾਰਡ ਮਿਲੇ ਤੁਸੀਂ ਫੈਮਿਲੀ ਅਪਲਾਈ ਕਰਨਾ ਚਾਹੋ, ਉਹ ਈਜ਼ੀਲੀ ਹੋ ਜੇ। ਉਹਦੇ ਬਾਅਦ ਕੋਸ਼ਿਸ਼ ਕਰਨੀ ਹੈ ਕਿ ਆਪਣਾ ਜੈਸੇ ਤੁਹਾਡੇ ਫਿੰਗਰਾਂ 'ਚ ਡੇਟ ਹੈ, ਉਸ ਤੋਂ ਤਕਰੀਬਨ 3-4 ਮਹੀਨੇ ਪਹਿਲੇ ਕੋਸ਼ਿਸ਼ ਕਰਨੀ ਕਿ ਆਪਣੇ ਟੈਕਸ ਜਿੰਨੇ ਹੋ ਸਕਦੇ ਨੇ ਅੱਛੇ ਦੇਣ ਦੀ ਕੋਸ਼ਿਸ਼ ਕਰੋ ਪੂਰੇ ਪੂਰੇ ਮਹੀਨੇ ਦੀ, ਕਿਉਂਕਿ ਜਿਸ ਟਾਈਮ ਤੁਸੀਂ ਗੌਰਮੈਂਟ ਆਫਿਸ 'ਚ ਫਿੰਗਰ ਦੇਣ ਨੂੰ ਜਾਣਾ, ਜ਼ਹਿਰੀ ਗੱਲ ਆਪਣੇ ਸਾਰੇ ਡਾਕੂਮੈਂਟ ਜਿਹੜਾ ਨਾ ਉਹਨਾਂ ਦੇ ਟੇਬਲ 'ਤੇ ਰੱਖਣਾ, ਸੈਲਰੀ ਸਲਿੱਪਾਂ ਅਗਰ ਤੁਹਾਡੀਆਂ ਅੱਛੀਆਂ ਹੋਣਗੀਆਂ, ਲਾਸਟ 3 ਉਹ ਲਾਜ਼ਮੀ ਦੇਖਦੇ ਨੇ, ਕੋਸ਼ਿਸ਼ ਕਰਨੀ ਹੈ ਕਿ ਲਾਸਟ ਵਾਲੀਆਂ ਜਿਹੜੀਆਂ 3 ਸੈਲਰੀ ਸਲਿੱਪਾਂ ਨੇ ਉਹਨਾਂ 'ਚ ਤੁਹਾਡਾ ਟੈਕਸ ਪੂਰੇ ਪੂਰੇ ਮਹੀਨੇ ਦਾ ਗਿਆ ਹੋਵੇ। ਸੋ ਇੱਕ ਬਾਈ ਨੇ ਹੋਰ ਸਵਾਲ ਕੀਤਾ ਸੀ ਕਿ ਲੀਗਲ ਅਤੇ ਅਨਲੀਗਲ ਦੇ ਟੈਕਸ ਕਿੰਨੇ ਹੋਣੇ ਚਾਹੀਦੇ ਨੇ।
ਤੇ ਵੀਰ ਜੀ ਆਪਣਾ ਦੇਖੋ ਪਹਿਲੇ ਹਿਸਾਬ ਹੈ ਸੀ ਇਹ ਵਾਲਾ ਕਿ ਲੀਗਲ ਦੇ ਆਪਣਾ ਹੋ ਜਾਣ 6 ਤੇ ਅਨਲੀਗਲ ਦੇ 12 ਹੋ ਜਾਣ, ਇਸ ਤਰ੍ਹਾਂ ਕਰਕੇ ਨਾ ਸਿਸਟਮ ਚਲਾਇਆ ਸੀ। ਲੇਕਿਨ ਹੁਣ ਜੋ ਹੋ ਰਿਹਾ ਉਹ ਹੈ ਹੋ ਰਿਹਾ ਕਿ ਉਹਨੇ ਸਾਰੇ ਟੋਟਲ ਨਾ ਇੱਕੋ ਲਾਈਨ ਦੇ ਵਿੱਚ ਖੜੇ ਕਰ ਦਿੱਤੇ ਨੇ, ਲੀਗਲ ਅਨਲੀਗਲ ਨੋ ਪ੍ਰੋਬਲਮ। ਕਿਉਂਕਿ ਈਮੇਲ ਦਾ ਜਿਹੜਾ ਪ੍ਰੋਸੀਜਰ ਹੈ ਉਹ ਚੱਲ ਹੀ ਐਸੀ ਹਿਸਾਬ ਨਾਲ ਰਿਹਾ ਕਿ ਮੇ ਬੀ ਕਿ ਤੁਹਾਡੇ 12 ਟੈਕਸ ਹੋ ਜਾਣ, ਮੇ ਬੀ ਕਿ ਤੁਹਾਡੇ 18 ਹੋ ਜਾਣ, ਮੇ ਬੀ ਕਿ 13 ਹੋ ਜਾਣ, ਮੇ ਬੀ ਕਿ 8 ਟੈਕਸਾਂ ਬਾਅਦ ਤੁਹਾਡੀ ਈਮੇਲ ਆ ਜਾਵੇ। ਉਹ ਡਿਪੈਂਡ ਕਰਦਾ ਗੌਰਮੈਂਟ 'ਤੇ ਕਿ ਜਿੰਨੇ ਘੱਟ ਬੰਦਿਆਂ ਜਮ੍ਹਾਂ ਕਰਵਾਏ ਹੋਵਣਗੇ ਪੇਪਰ, ਉੰਨੀ ਛੇਤੀ ਤੁਹਾਡੀ ਈਮੇਲ ਆ ਜਾਵੇਗੀ। ਜਿੰਨੇ ਜ਼ਿਆਦਾ ਬੰਦਿਆਂ ਨੇ ਪੇਪਰ ਜਮ੍ਹਾਂ ਕਰਵਾਏ ਹੋਵਣਗੇ ਉੰਨੀ ਮੇਲ ਸਲੋ ਚੱਲੇਗੀ, ਉੰਨੇ ਤੁਹਾਡੀ ਮੇਲ ਜਿਹੜੀ ਹੈ ਨਾ ਲੇਟ ਆਏਗੀ। ਸੋ ਇਹ ਕੋਈ ਗੱਲ ਨਹੀਂ ਹੈ ਵੀ ਕਿ ਲੀਗਲ ਅਨਲੀਗਲ ਟੋਟਲੀ ਹੈ ਨਾ ਸਾਰੇ ਇੱਕੋ ਕਿਤਾਬ 'ਚ ਖੜੇ ਕਰ ਦਿੱਤੇ ਨੇ ਕਿ ਜੈਸੀ ਮੇਲ ਆ ਜਾਂਦੀ ਹੈ ਫਿੰਗਰਾਂ ਦੀ ਡੇਟ ਲਓ, ਫਿੰਗਰ ਆ ਕੇ ਦੋ ਲਾਸਟ ਵਾਲੀਆਂ 3 ਸੈਲਰੀ ਸਲਿੱਪਾਂ ਤੁਹਾਡੇ ਕੋਲ ਮਸਟ ਹੋਣੀਆਂ ਚਾਹੀਦੀਆਂ, ਉਹਦੇ ਬਾਅਦ ਕੰਟਰੈਕਟ ਜਿਹੜਾ ਨਾ ਉਹ ਮਸਟ ਹੋਣਾ ਚਾਹੀਦਾ। ਸੋ ਉਮੀਦ ਕਰਦਾ ਵੀਡੀਓ ਵੀਰਾਂ ਨੂੰ ਅੱਛੀ ਲੱਗੀ ਹੋਵੇ ਦੀ। ਜੇ ਕੋਈ ਕੁਐਸਚਨ ਹੋਇਆ ਤਾਂ ਵੀਰ ਜੀ ਆਪਣਾ ਕਮੈਂਟ 'ਚ ਲਿਖ ਦਿਆ ਜੇ, ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੀ ਕੋਈ ਇਨਫੋਰਮੇਸ਼ਨ ਹੋ ਸਕੇ ਵੀਰਾਂ ਭਰਾਵਾਂ ਤੱਕ ਪਹੁੰਚਾ ਸਕਾਂ। ਓਕੇ, ਅੱਲਾ ਹਾਫਿਜ਼।